ਅਮਰੀਕਾ ਦੇ 11 ਸਭ ਤੋਂ ਵੱਡੇ ਬੈਂਕਾਂ ਨੇ ਫਰਸਟ ਰਿਪਬਲਿਕ ਬੈਂਕ ਲਈ 3 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਉਦੇਸ਼ ਬੈਂਕਿੰਗ ਖੇਤਰ ਵਿੱਚ ਚੱਲ ਰਹੇ ਸੰਕਟ ਨੂੰ ਹੋਰ ਡੂੰਘਾ ਹੋਣ ਤੋਂ ਰੋਕਣਾ ਹੈ। ਜੇ ਮਦਦ ਨਾ ਹੁੰਦੀ ਤਾਂ ਫਰਸਟ ਰਿਪਬਲਿਕ ਬੈਂਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਫੇਲ ਹੋਣ ਵਾਲਾ ਤੀਜਾ ਬੈਂਕ ਬਣ ਜਾਂਦਾ। ਫਰਸਟ ਰਿਪਬਲਿਕ ਬੈਂਕ ਵੀ ਉਸੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਵੇਂ ਕਿ ਸਿਲੀਕਨ ਵੈਲੀ ਬੈਂਕ ਤੇ ਉਸਦੇ ਗ੍ਰਾਹਕ